ਪੋਸਟਮਾਰਟਮ ਦੇ ਵਕੀਲ ਨੇ ਲੜਾਈ ਲੜੀ ਸੀ, ਵਕੀਲ ਨੂੰ ਉਹਦੀ ਕਾਪੀ ਮਿਲਣੀ ਸੀ ਅਤੇ ਉਹਨਾਂ ਨੂੰ ਮਿਲ ਜੂਗੀ। ਅਤੇ ਜਦੋਂ ਸਾਨੂੰ ਪੁਲਿਸ ਦੀ ਪੋਸਟਮਾਰਟਮ ਦੀ ਰਿਪੋਰਟ ਕੋਲ ਮਿਲ ਗਈ, ਉਹਦੇ 'ਚ ਅਸੀਂ ਸਾਰੀ ਗੱਲ 'ਤੇ ਜਿਹੜਾ ਜਨਤਕ ਹੋਈ ਆ ਜਿਹੜੀ ਚੱਲ ਵੀ ਉਹ ਪਹਿਲਾਂ ਵੀ ਉਹ ਉਹਨਾਂ ਦੇ ਫਾਦਰ ਸਾਹਿਬ ਨੇ ਅਥੈਂਟਿਕ ਨਹੀਂ ਹੈ, ਸਾਨੂੰ ਉਹਦਾ ਪਤਾ ਨਹੀਂ ਹੈ। ਨਹੀਂ, ਜਿਹੜੇ ਉਹਦੇ ਫਾਦਰ ਸਾਹਿਬ ਨੇ ਬਿਆਨ ਵੀ ਦਿੱਤਾ ਹੈਗਾ ਕਿ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਈ ਹੈਗੀ ਹੈ ਉਹਦੇ ਵਿੱਚ ਜਿਹੜਾ ਉਹਨਾਂ ਸਵਾਲੀਆ ਨਿਸ਼ਾਨ ਖੜੇ ਕੀਤੇ, ਖੁਦ ਉਹਨਾਂ ਦੇ ਫਾਦਰ ਸਾਹਿਬ ਨੇ ਬਿਆਨ ਦਿੱਤੇ ਹੈਗੇ ਆ ਭੁਪਿੰਦਰ ਸਿੰਘ ਹੋਰਾਂ ਨੇ। ਮੇਰੇ ਕੋਲ ਨਹੀਂ ਹੈ, ਮੈਨੂੰ ਨਹੀਂ ਪਤਾ ਉਹਨਾਂ ਦੇ ਫਾਦਰ ਸਾਹਿਬ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਹੋ ਸਕਦਾ, ਪਰ ਉਹਦੇ 'ਚ ਆਏ ਆ ਕਹਿੰਦੇ ਜੀ ਉਹਦੇ 22 ਇੰਜਰੀਜ਼ ਆ। ਅਸੀਂ ਤਾਂ ਇਹੀ ਪੁੱਛਿਆ ਸੀ ਨਾ ਇੰਜਰੀਜ਼ ਆ, ਸਾਨੂੰ ਹੋਰ ਤਾਂ ਨਹੀਂ ਕੋਈ ਲੋੜ ਸੀ, ਇੰਜਰੀਜ਼ ਆ ਗਈਆਂ ਵੀ ਵੇਖੋ ਜਦੋਂ ਫਾਇਰਿੰਗ ਹੁੰਦੀ ਹੈ ਹੁਣ ਉਹਦੇ 22 ਫਾਇਰਾਂ ਦੇ ਨਿਸ਼ਾਨ ਤਾਂ ਨਹੀਂ ਸੀ। ਜੇ ਮੰਨ ਲਓ ਜੇ ਫਾਇਰ ਨਾ ਹੋਇਆ, ਜੇ 22 ਗੋਲੀਆਂ ਲੱਗਦੀਆਂ ਤਾਂ ਹੀ 22 ਨਿਸ਼ਾਨ ਹੋਣੇ ਸੀ, 22 ਤਾਂ ਗੋਲੀਆਂ ਲੱਗੀਆਂ ਹੀ ਨਹੀਂ। ਇਹਦਾ ਮਤਲਬ ਉਹਦੇ ਵਿੱਚ ਸਾਨੂੰ ਇਹ ਵੀ ਪਤਾ ਲੱਗਿਆ ਕਿ ਇਹ ਜਿਹੜੇ ਨਿਸ਼ਾਨ ਹੈ, ਇਹ ਜਿਹੜੇ 22 ਇੰਜਰੀ ਹੈ ਉਹ ਉਹਨਾਂ ਦੀ ਡੈਥ ਹੋਣ ਤੋਂ ਪਹਿਲਾਂ ਦੀਆਂ। ਇਹਦਾ ਮਤਲਬ ਗੱਲ ਸਾਫ਼ ਹੋ ਗਈ ਹੈ, ਇਹ ਤਾਂ ਨਿਬੇੜਾ ਅਦਾਲਤ ਕਰੂਗੀ। ਇਹ ਤਾਂ ਵੀ ਇਹ ਜਿਹੜੀ 22 ਇੰਜਰੀਆਂ ਹੋਈਆਂ ਇਹ ਪੁਲਿਸ ਤਾਂ ਨਹੀਂ ਕਰਦੀ, ਡਾਕਟਰ ਨੇ ਤਾਂ ਫਰਜ਼ਾ ਦੱਸਤਾ ਵੀ 22 ਇੰਜਰੀ ਹੋਈ ਹੈ, ਅਤੇ ਨਾ ਹੀ ਡਾਕਟਰ ਤੋਂ ਜਿਹੜਾ ਕਹਿ ਰਹੇ ਕੋਈ ਓਪੀਨੀਅਨ ਲਏ ਸੀ, ਓਪੀਨੀਅਨ ਤਾਂ ਲਿਆ ਨਹੀਂ ਵੀ ਕਾਹਦੇ ਨਾਲ ਹੋਈਆਂ। ਡਾਕਟਰ ਦੀ ਰਿਪੋਰਟ 'ਚ ਇਹ ਵੀ ਨਹੀਂ ਲਿਖਿਆ ਕਿ ਇਨਕਾਊਂਟਰ ਹੋਇਆ ਹੀ ਨਹੀਂ, ਰਿਪੋਰਟ ਤਾਂ ਇਹ ਵੀ ਨਹੀਂ ਲਿਖਿਆ। ਉਹਨੇ ਆਖਿਆ ਵੀ ਇਹਦੀ ਜਿਹੜੀ ਮੌਤ ਹੋਈ ਹੈ ਗੋਲੀ ਨਾਲ ਹੋਈ ਹੈ, ਅਤੇ ਗੋਲੀ ਡਾਕਟਰ ਨੇ ਇਹ ਤਾਂ ਨਹੀਂ ਕਿਹਾ ਗੋਲੀ ਝੂਠੀ ਚੱਲੀ ਹੈ, ਡਾਕਟਰ ਇਹ ਗੋਲੀ ਤਾਂ ਝੂਠ ਚੱਲੀ ਕਿਹਾ ਹੀ ਨਹੀਂ, ਉਹਨੇ ਕਿਹਾ ਵੀ ਇਹਦੀ ਮੌਤ ਹੋਈ ਹੈ ਗੋਲੀ ਨਾਲ ਅਤੇ ਜਿਹੜੀਆਂ 22 ਇੰਜਰੀਆਂ ਹੋਈਆਂ ਇਹਦੀ ਮੌਤ ਤੋਂ ਪਹਿਲਾਂ ਹੋ ਗਈਆਂ ਅਤੇ ਬਾਕੀ ਫਿਰ। ਇੱਕ ਲਗਾਤਾਰ ਤੁਹਾਡੇ ਵੱਲੋਂ ਅਤੇ ਪਰਿਵਾਰ ਦੇ ਵੱਲੋਂ ਫੇਕ ਐਨਕਾਊਂਟਰ ਕਿਹਾ ਜਾ ਰਿਹਾ ਪੋਸਟਮਾਰਟਮ ਦੀ? ਨਾ ਜੀ, ਐਨਕਾਊਂਟਰ ਕਦੋਂ ਕਹਿੰਦੇ, ਝੂਠਾ ਕਤਲ ਹੋਇਆ ਜੀ, ਮੁਕਾਬਲਾ ਤਾਂ ਹੋਇਆ ਹੀ ਨਹੀਂ। ਕਰੋਗੇ ਕੋਰਟ ਦੇ? ਨਾ ਜੀ, ਵੇਖੋ ਜੀ ਇਹ ਪਰਿਵਾਰ ਨੇ ਕਰਨਾ ਹੈ, ਪਰਿਵਾਰ ਕਰੂ, ਪਰਿਵਾਰ ਦੇ ਨਾਲ ਅਕਾਲੀ ਦਲ ਅੰਮ੍ਰਿਤਸਰ, ਸਿਮਰਜੀਤ ਸਿੰਘ ਮਾਨ ਅਤੇ ਸਾਰੀ ਪਾਰਟੀ, ਸਾਰਾ ਪੰਥ, ਸਾਰੇ ਨੌਜਵਾਨ, ਸਾਡਾ ਫਿਰੋਜ਼ਪੁਰ ਇਸ ਯੋਧੇ ਦੇ ਨਾਲ ਨਾਲ ਖੜਾ। ਅੰਤਿਮ ਸੰਸਕਾਰ ਹੋ ਗਿਆ ਜੀ? ਹਾਂ ਹੋ ਗਿਆ ਜੀ, ਅੰਤਿਮ ਸੰਸਕਾਰ ਹੋ ਗਿਆ ਜੀ। ਡੀ ਆਈ ਜੀ ਜਾਂ ਪਤਾ ਨਹੀਂ ਆਈ ਜੀ ਗੁਰਮੀਤ ਸਿੰਘ ਚੌਹਾਨ, ਅਤੇ ਮੈਂ ਕਹਿ ਰਿਹਾ ਸੀ ਤੁਹਾਨੂੰ ਪਤਾ ਸੀ ਵੀ ਸਾਡੇ ਹੁਕਮਾਂ ਸਭ ਕੁਛ ਹੋਇਆ, ਸਾਡੀ ਉਹ ਹੋਇਆ ਅਤੇ ਉਹ ਸਾਰੇ ਪ੍ਰਬੰਧ ਕਰ ਰਹੇ ਨੇ। ਹੁਣ ਗਰੀਬ ਆਦਮੀ, ਮੇਰੇ ਵਰਗਾ ਗਰੀਬ ਬੁੱਢਾ ਨੌਜਵਾਨ ਪੁੱਤ ਦੀ ਲਾਸ਼ ਲੈ ਕੇ ਦੱਸੋ ਮੈਂ ਹੁਣ ਕਿੱਥੇ ਜਾਵਾਂ, ਧਰਮਰਾਜ ਕੋਲ ਜਾਵਾਂ ਅਤੇ ਕੀ ਕਰਾਂ? ਅਤੇ ਬਾਕੀ ਉਹਨਾਂ ਚਲੋ ਜੇ ਇੰਜਰੀ ਵੀ ਨਾ ਲਿਖਦੇ ਤਾਂ ਮੈਂ ਉਹਨਾਂ ਦਾ ਕੀ ਕਰ ਲੈਣਾ? ਮੈਂ ਤਾਂ ਡਾਕਟਰਾਂ ਦਾ ਇੰਨਾ ਵੀ ਧੰਨਵਾਦੀ ਹਾਂ ਵੀ ਤੁਸੀਂ ਚਲੋ ਤੁਸੀਂ ਵੀ ਜੋਬ ਕਰਦੇ ਹੋ ਅਤੇ ਤੁਹਾਡੀ ਕੋਈ ਜੋਬ ਦੀ ਨੌਕਰੀ ਦੀ ਮਜਬੂਰੀ ਹੋਏਗੀ ਅਤੇ ਜੇ ਤੁਸੀਂ ਇੰਜਰੀ ਵੀ ਨਾ ਲਿਖਦੇ ਤਾਂ ਮੈਂ ਕੀ ਕਰਦਾ? ਅਤੇ ਦੁਬਾਰਾ ਕੋਰਟ 'ਚ ਵੀ ਜਾਂਦੇ ਅਤੇ ਉਹ ਕਹਿੰਦੇ ਕਿ ਦੁਬਾਰਾ ਪੋਸਟਮਾਰਟਮ ਕਰਾਇਆ, ਹੁਣ ਅਸੀਂ ਕੀ ਕਰੀਏ? ਉਹਨਾਂ ਦੇ ਵੀ ਆਪਣੇ ਹੁੰਦੇ ਆ ਅਦਾਲਤ ਦੇ ਵੀ, ਅਤੇ ਮੈਂ ਬਹੁਤ ਹਾਈ ਕੋਰਟ ਦਾ ਅਤੇ ਸੁਪਰੀਮ ਕੋਰਟ ਦਾ ਸਿਰਫ ਉਹਨਾਂ ਦਾ ਅਤੇ ਤੁਹਾਡਾ ਮੈਂ ਕਰਦਾ ਵੀ ਇੱਕ ਕਰਕੇ ਦੁਬਾਰਾ ਪੋਸਟਮਾਰਟਮ ਹੋ ਸਕਿਆ ਅਤੇ ਉਹ ਆਈਆ। ਬਾਕੀ ਉਹ ਇੰਜਰੀ ਜਿਹੜੀਆਂ, ਹਾਂ ਇੱਕ ਗੱਲ ਹੈ ਵੀ ਉਹ ਇੰਜਰੀ ਉਹਨੂੰ ਜਿੰਦਾ ਹੁੰਦਿਆਂ ਲੱਗੀਆਂ, ਉਹਨੂੰ ਜਿਹੜੀਆਂ ਸੱਟਾਂ ਨੇ ਉਹ ਜਿੰਦਾ ਹੁੰਦਿਆਂ ਲਈ ਰਿਪੋਰਟ 'ਚ ਆਇਆ ਵੀ ਸੱਟਾਂ ਲੱਗੀਆਂ, ਅਤੇ ਥੱਲੇ ਡਾਕਟਰ ਦੋ ਲੈਣਾ ਲਿਖ ਦਿੰਦੇ ਆ ਵੀ ਉਹ ਟਾਰਚਰ ਨਹੀਂ ਕੀਤਾ ਗਿਆ। ਉਹਨੂੰ ਜਦੋਂ ਜਿੰਦਾ ਨੂੰ ਸੱਟਾਂ ਲੱਗੀਆਂ ਅਤੇ ਉਦੋਂ ਬਾਅਦ ਉਹਨੂੰ ਗੋਲੀਆਂ ਮਾਰੀਆਂ, ਅਤੇ ਤੁਸੀਂ ਦੱਸੋ ਵੀ ਇਹ ਡਾਕਟਰ ਦੀ ਕੀ ਮਜਬੂਰੀ ਹੋਏਗੀ ਥੱਲੇ ਉਹਨੂੰ ਇਹ ਗੱਲ ਨਾ ਪੁੱਛੀ, ਨਾ ਲਿਖਦਾ ਕੁਛ ਵੀ, ਇਹ ਗੱਲ ਨਾ ਲਿਖਦਾ ਟੋਰਚਰ ਕੋਈ ਡਾਕਟਰ ਉੱਥੇ ਵੀਡੀਓਗ੍ਰਾਫੀ ਦੇ ਕਰਨੀ ਸੀ ਗਿਆ ਜੋ ਪੁਲਿਸ ਟੋਰਚਰ ਕਰ ਰਹੀ ਸੀ ਜਾਂ ਫੜ ਰਹੀ ਸੀ, ਅਤੇ ਉਹਨੂੰ ਇਹ ਗੱਲ ਦਾ ਕੀ ਪਤਾ? ਜੇ ਫਿਜੀਕਲ ਟੋਰਚਰ ਨਹੀਂ ਲੱਗੀਆਂ ਤਾਂ ਹੋਰ ਕੋਈ ਉਹ WWF ਕਰ ਰਿਹਾ ਸੀ ਵੀ ਉੱਥੇ ਖੜਾ ਸੀ ਵੀ ਲੱਗ ਗਈਆਂ? ਡਾਕਟਰ ਨੂੰ ਐਡੇ ਵੱਡੇ ਅਹੁਦੇ 'ਤੇ ਰਹਿ ਕੇ ਥੋੜ੍ਹਾ ਬਹੁਤਾ ਰੱਬ ਤੋਂ ਡਰਨਾ ਚਾਹੀਦਾ ਸੀ, ਪਰ ਇੱਥੇ ਤੁਹਾਨੂੰ ਹੀ ਪਤਾ ਅਤੇ ਮੈਨੂੰ ਹੀ ਪਤਾ ਵੀ ਇੱਥੇ ਕੋਈ ਚੀਜ਼ ਨਹੀਂ। ਜੇ ਆ ਇੱਕ ਪੋਸਟਮਾਰਟਮ ਕਰਾਉਣ ਲਈ ਕਿੰਨੇ ਦਿਨ ਜਾਂ ਕਿੱਥੇ ਕਿੱਥੇ ਧੱਬੇ ਖਾਣੇ ਪਏ, ਕਿਵੇਂ ਮੈਨੂੰ ਚੱਕਰ 'ਚ ਪਾਇਆ ਗਿਆ, ਕਿਵੇਂ ਗਲਤ ਵਕੀਲ ਹਾਇਰ ਕਰਾਇਆ ਗਿਆ, ਉਹ ਹੁਣ ਕੀ ਪਤਾ ਕੀ ਗੱਲ ਹੋਏਗੀ ਜਿਹਨੇ ਇੱਕ ਪੇਜ ਦੀ ਪਾ ਕੇ ਅਤੇ ਇਹ ਕੀਤਾ ਅਤੇ ਫਿਰ ਦੁਬਾਰਾ ਸੁਪਰੀਮ ਕੋਰਟ ਜਾਣਾ ਪਿਆ। ਮਾਨਯੋਗ ਸੁਪਰੀਮ ਕੋਰਟ ਨੇ ਫਿਰ ਆਰਡਰ ਕੀਤੇ, ਫਿਰ ਉਹ ਹਾਈ ਕੋਰਟ ਨੇ ਆਰਡਰ ਕੀਤੇ ਵੀ, ਫਿਰ ਉਹੋ ਹੀ ਹੋਇਆ, ਫਿਰ ਠੀਕ ਕਿਉਂ ਹੋ ਗਿਆ? ਫਿਰ ਪੋਸਟਮਾਰਟਮ
दोबारा होया भी तुहाडे सामने मैं उत्थों कैंडी मंग के ते वो रखी इन्हां हर एक तरह की कोशिश की भी किवें ना किवें डेड बॉडी हो जाए जनरेटर रखिया इत्थे ते एक मिनट भी मिस नहीं किया तुहाडे सामने उन्हों किया लास्ट जो देखो पहला मैं उन्होंने कहना भी अभी इकट्ठे करके पैसे दे दें किराया हो जे कुछ लोग मैं कहते भी अभी हजार हजार दो दो हज़ार कर दें जे तो जे ये बाद च सुप्रीम कोर्ट के आर्डर ना कि नेट की मशीन इतने ला सकते हैं तो 12 तरीक न भी ला सकते मैं जो डीसी साहब को गया था तो मुड़के हाईकोर्ट गया तो उन्होंने भी किया तो वो उधर भी लग सकती इतने के मेरे वर्गिया लोगों का इस देश पहले गल तो तुम समझते हो भी उत्थे जाना कोई सौखा काम नहीं आम बंदा ज अनपढ़ ही तो थोड़े जे है भी कानून समझने वाले बंदे सिर्फ कानून की समझ करके ही मन च आया कि इन्ना गलत से धक्का हो रहा तो आम जिन्हों कानून का नहीं पता भी पुलिस जो करते करते जो उधर जो समझते हैं भी ये भी लास्ट आ तो उ देश की हों की हो रहा एक सोचने वाली गल है तो हूँ जी दसिया भी वो यादविंदर चार लास्ट लैना उन्होंने सारी रिपोर्ट पढ़नी चाहिए है मेरी यादविंदर ने गल हुई है मैं तू टोटल रिपोर्ट तो पढ़ गई 22 इंच की लिखी है तू कहना भी टार्च नहीं तेन तो सवाल खड़ा करना चाहिए तू एक चंगा रिपोर्टर आ करना तेन ये मुद्दा तेन सही तरीके पेश करना चाहिए सट्टा लगियां तो जींदियां लगियां तो वो सट्टा जड़िया फिजिकल टार्चर नहीं मालच कर दें लगी फिजिकल टार्चर उन्होंने नहीं किया अपने वालों कोशिश की पुलिस ने कुछ नहीं किया सट्टा भी ये पता सी मैं उत्थे कहता थी कि जे ना होया तो मैं दोबारा कोर्ट से जावांगा मैं उत्थे डॉक्टर सामने कहता सी अंदर तो मैं उन्होंने आप अंदर जाके डेड बॉडी अपने इन्होंने हाथों नंगे हाथों मैं उत्थे उंगलां रख रख के उन्होंने दिखाई भी आह देखो निशान है जी आह देखो निशान है जी आह टुटी है हड्डी टुटी थी पिछले जो बना गए तो वह भी और ले गए भी इतने जी गोलियां वजन हड्डी टुटी है जो कि बिल्कुल टॉर्चर करके तोड़ी गई थी इतों बाद तोड़ी गई थी तो जे वो ये लिख दें भी वो 22 सट्टा ही नहीं लगियां फिर भी तुम जाते कि मेरा मैं कितने जाना हाई कोर्ट सुप्रीम कोर्ट जो बंदा चला गया वो तो थान कि बजा तो उत्थे पूरी अपनी वाह लाते हैं भी ना हो तो लास्ट इतने जिन्ना जोर से इन्ना लाता ये चीज़ तो जोड़ा ये तो सवाल खड़ा रहेगा कि ये सरकार तो ये अफसर IPS IAS ये देश के इन्ना लोगों के रेमो करते हैं एक सिर्फ कोर्ट बची सी पर उन्हें कोर्टा ही अपने तरीके नाल कर रहे हजारा फैसले आते नहीं मानते उन्होंने तोड़ मोड़ उड़ के पेश कर रहे हैं देख रहे अच्छ क्रिमिनेशन होगा पुलिस हाँ जी संस्कार अंतिम संस्कार अज हाँ जी 2 बजे अमृतपाल जी आ गए